ਜ਼ਿੰਮੇਦਾਰੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਇੰਡੀਅਨ ਸਪੋਰਟਸ ਆਨਰਸ 2023 ਸ਼ੋਅ ਦੇ ਵਿੱਚ ਹਿੱਸਾ ਲਿਆ। ਮੁੰਬਈ ਦੇ ਵਿੱਚ ਆਯੋਜਿਤ ਇਸ ਇਵੈਂਟ ਦੇ ਵਿੱਚ ਰਣਵੀਰ ਸਿੰਘ, ਦੀਪਿਕਾ ਪਦੂਕੋਣ, ਅਜੇ ਦੇਵਗਨ, ਨੀਰਜ ਚੋਪੜਾ ਅਤੇ ਸ਼ੁਭਮਨ ਗਿੱਲ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵਿਰਾਟ ਕੋਹਲੀ ਬਲੈਕ ਸੂਟ ਦੇ ਵਿੱਚ ਨਜ਼ਰ ਆਏ ਜਦਕਿ ਅਨੁਸ਼ਕਾ ਪਰਪਲ ਡਰੈਸ ਦੇ ਵਿੱਚ ਨਜ਼ਰ ਆਈ। ਹੁਣ ਇਸ ਕਪਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਨੇ, ਜਿਸ ਨੂੰ ਫੈਨਸ ਵੀ ਕਾਫੀ ਪਸੰਦ ਕਰ ਰਹੇ ਨੇ। ਆਓ ਪਹਿਲਾਂ ਦੇਖਦੇ ਹਾਂ ਅਨੁਸ਼ਕਾ ਵਿਰਾਟ ਦੀ ਇਹ ਵੀਡੀਓ। ਵਿਰਾਟ ਅਤੇ ਅਨੁਸ਼ਕਾ ਬਿਲਕੁਲ ਸ਼ਾਨਦਾਰ ਦਿਖਾਈ ਦੇ ਰਹੇ ਸਨ ਅਤੇ ਬਹੁਤ ਹੀ ਖੁਸ਼ ਨਜ਼ਰ ਆਏ, ਕਿਉਂਕਿ ਉਹਨਾਂ ਨੇ ਪ੍ਰੈਜ਼ ਲਈ ਇਕੱਠੇ ਮੁਸਕਰਾ ਕੇ ਪੋਸਟ ਦਿੱਤੇ। ਤਸਵੀਰਾਂ ਦੇ ਵਿੱਚ ਅਨੁਸ਼ਕਾ ਸ਼ਰਮਾ ਪਰਪਲ ਕਲਰ ਦੀ ਆਫ ਸ਼ੋਲਡਰ ਗਾਊਨ ਦੇ ਵਿੱਚ ਨਜ਼ਰ ਆ ਰਹੀ ਹੈ। ਅਨੁਸ਼ਕਾ ਦੇ ਇਸ ਹਾਏ ਥਾਏ ਸਲਿਟ ਗਾਊਨ ਦੇ ਨਾਲ ਬਲੈਕ ਕਲਰ ਦੀ ਹੀਲ ਪਾਈ ਹੋਈ ਹੈ, ਜੋ ਉਸਦੀ ਡਰੈਸ ਦੇ ਨਾਲ ਮੈਚ ਕਰ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਡਾਇਮੰਡ ਏਅਰਿੰਗਸ ਪਹਿਨੇ ਹੋਏ ਨੇ। ਅਨੁਸ਼ਕਾ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਨੇ, ਜਦਕਿ ਦੂਜੇ ਪਾਸੇ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਬਲੈਕ ਸੂਟ ਦੇ ਵਿੱਚ ਕਿਸੇ ਬਾਲੀਵੁੱਡ ਹੀਰੋ ਤੋਂ ਘੱਟ ਨਹੀਂ ਲੱਗ ਰਹੇ। ਅਵਾਰਡ ਸ਼ੋਅ ਦੌਰਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਬੇਹੱਦ ਗਲੈਮਰਸ ਲੁੱਕ ਦੇ ਵਿੱਚ ਨਜ਼ਰ ਆਏ। ਕੰਮ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਬਾਅਦ ਫਿਲਮ ਚੱਕ ਦਾ ਐਕਸਪ੍ਰੈਸ ਦੇ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਇਸ ਫਿਲਮ ਦੇ ਵਿੱਚ ਅਨੁਸ਼ਕਾ ਸ਼ਰਮਾ ਸਾਬਕਾ ਭਾਰਤੀ ਕ੍ਰਿਕਟਰ ਜੂਲਨ ਗੋਸਵਾਮੀ ਦਾ ਕਿਰਦਾਰ ਨਿਭਾ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਇਸ ਫਿਲਮ ਲਈ ਕ੍ਰਿਕਟ ਖੇਡਣ ਦਾ ਅਭਿਆਸ ਵੀ ਕੀਤਾ। ਫਿਲਮ ਚੱਕ ਦਾ ਐਕਸਪ੍ਰੈਸ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਫਿਲਮ ਦਾ ਪ੍ਰੀਮੀਅਰ ਨੈੱਟਫਲਿਕਸ 'ਤੇ ਹੋਵੇਗਾ। ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਫਿਲਮ ਕਲਾ ਦੇ ਗੀਤ ਦੇ ਵਿੱਚ ਕੈਮਿਓ ਕਰਦੀ ਨਜ਼ਰ ਆਈ ਸੀ। ਫਿਲਹਾਲ ਆਓ ਇੱਕ ਵਾਰ ਫਿਰ ਤੋਂ ਨਜ਼ਰ ਪਾ ਲੈਂਦੇ ਹਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਸ ਵੀਡੀਓ 'ਤੇ।